الحمد لله وحده وحده والسلام على من لا نبي بعده وعلى آله وأصحابه الذين أوفوا وحده. أما بعد، فأعوذ بالله من الشيطان الرجيم. بسم الله الرحمن الرحيم. وإن كانوا من قبل لفي ضلال مبين. سبحان ربك رب العزة عما يصفون وسلام على المرسلين والحمد لله رب العالمين. إن الله وملائكته يصلون على النبي: يا أيها الذين آمنوا صلوا عليه وسلموا تسليما. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. محترم دوستو، بھائیو، عزیز ساتھیو، ماہ ربیع الاول دا اے دوسرا جمعہ ہے. اس مناسبت نال دوستاں دے سامنے جڑا سبق بیان کرنا ہے اس دا عنوان یہ کہ رحمت للعالمین صلی اللہ علیہ وسلم دی اس دنیا دے اندر تشریف آوری دا مقصد کیا ہے. اس تو پہلے ایک چھوٹی جی تمہید ہے، وہ تمہید یہ ہے کہ دشمنان اسلام نال جہاد ہوئے، جہاد تو بعد انہاں دا جیرا مال قبضے دے اندر آوے اس نو سڈا ویندا ہے مال غنیمت. اللہ نے مال غنیمت دی تقسیم دا طریقہ بیان کیتا ہے ڈاویں سپارے دی پہلی آیت وچ. اس مال غنیمت دے پنج حصے کرنے نا، چار حصے مجاہدین واسطے اور پنجواں حصہ او خرچ کرنا ہے مسجداں تے، بیت اللہ شریف تے. اس پنجویں حصے وچو آپ صلی اللہ علیہ وسلم دا حصہ، آپ دے قریبی رشتہ داراں دا حصہ، یتیماں مسکیناں دا حصہ، مسافراں دا حصہ، اے ساریاں چیزاں ہن پنجویں حصے وچوں، تے چار حصے ہن انہاں مجاہدین واسطے جنہاں نے اے جہاد کیتا. چنانچہ
ਇੱਕ ਮੌਕੇ ਤੇ ਦੁਸ਼ਮਣਾਂ ਨੇ ਇਸਲਾਮ ਨਾਲ ਮੁਕਾਬਲਾ ਹੋਇਆ ਤੇ ਆਪ ਨੇ ਸਮਾਨ ਦਾ ਢੇਰ ਲਵਾ ਛੋੜਾ, ਮਾਲੇ ਗਨੀਮਤ। ਆਪ ਉਹ ਚਾਰ ਹਿੱਸੇ ਜਿਹੜੇ ਹਨ ਮੁਜਾਹਿਦੀਨ ਦੇ ਅੰਦਰ ਤਕਸੀਮ ਪੈ ਕਰੇ ਨੇ ਹਨ, ਉਹਨਾਂ ਮਾਲ ਵਿੱਚੋਂ ਜਿਹੜਾ ਢੇਰ ਲੱਗਾ ਹੋਇਆ ਹੈ, ਇੱਕ ਬੜੀ ਕੀਮਤੀ ਚਾਦਰ ਵੀ ਹੈ ਜਿਹੜੀ ਦੁਸ਼ਮਣਾਂ ਦੀ ਮੁਸਲਮਾਨਾਂ ਦੇ ਕਬਜ਼ੇ 'ਚ ਆਈ ਆਈ। ਚਾਦਰ ਨਜ਼ਰ ਨਹੀਂ ਆਈ। ਹੁਣ ਚਾਦਰ ਕੋਈ ਮਾਮੂਲੀ ਸੂਈ ਤਹੇ ਨਹੀਂ ਜਿਹੜੀ ਲੁਕ ਵਜੇ, ਵੱਡੀ ਚਾਦਰ ਹੋਵੇ ਹੋਵੇ ਵੀ ਬੜੇ ਨਕਸ਼ੋ ਨਿਗਾਰ ਵਾਲੀ ਸੋਹਣੀ ਤੇ ਕੀਮਤੀ, ਉਹ ਕੋਈ ਲੁਕਣ ਦੀ ਸ਼ੈ ਤਾਂ ਹੈ ਹੀ ਨਹੀਂ। ਹਬੀਬੇ ਕਿਬਰੀਆ ਸੱਲੱਲਾਹੁ ਅਲੈਹਿ ਵਸੱਲਮ ਨੇ ਪੁੱਛਿਆ, ਮੇਰੇ ਸਾਥੀਓ, ਚਾਦਰ ਹੈ ਪਈ ਮਾਲੀ ਤੇ ਚਾਦਰ ਨਜ਼ਰ ਨਹੀਂ ਆਉਂਦੀ ਪਈ। ਹੁਣ ਜਿਹੜੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਆਸ ਪਾਸ ਮੁਜਾਹਿਦੀਨ ਹਨ, ਉਹਨਾਂ ਦੇ ਨਾਲ ਨਾਲ ਉਹ ਜਮਾਤ ਵੀ ਮੌਜੂਦ ਹੈ ਜਿਹੜੀ ਜਮਾਤ ਨੂੰ ਕੁਰਾਨ ਮੁਨਾਫਿਕੀਨ ਦੇ ਨਾਂ ਨਾਲ ਯਾਦ ਕੀਤਾ ਹੈ। ਮੈਂ ਦੋਹਰਾ ਤਫਸੀਰ ਦੇ ਅੰਦਰ ਹਜ਼ਰਤ ਸ਼ੇਖ ਉਲ ਕੁਰਾਨ ਮੌਲਾਨਾ ਮੁਹੰਮਦ ਤਾਹਿਰ ਸਾਹਿਬ ਪੰਜਪੀਰੀ ਰਹਿਮਤੁੱਲਾਹ ਅਲੈਹ ਦੀ ਤਰਸ ਦੇ ਸੂਰਤ ਤੋਬਾ ਦੇ ਅੰਦਰ 63 ਨਿਸ਼ਾਨੀਆਂ ਲਿਖਵੈਨਾ ਉਹਨਾਂ ਮੁਨਾਫਿਕੀਨ ਦੀਆਂ। ਕਿਤਨੀਆਂ? 63 ਨਿਸ਼ਾਨੀਆਂ। ਕਮਾਲ ਨਹੀਂ! ਅੱਲਾਹ ਕਰੀਮ ਨੇ ਸਭ ਤੋਂ ਜ਼ਿਆਦਾ ਨਿਸ਼ਾਨੀਆਂ ਕੁਰਾਨ ਪਾਕ ਵਿੱਚ ਮੁਨਾਫਿਕੀਨ ਦੀਆਂ ਕਿਉਂ ਬਿਆਨ ਕੀਤੀਆਂ? ਉਸ ਵਿੱਚ ਬਹੁ ਵੱਡਾ ਰਾਗ ਇਹ ਕਿ ਜਿਹੜਾ ਅਲਲ ਐਲਾਨ ਦੁਸ਼ਮਣ ਹੋਵੇ ਉਸ ਨਾਲ ਮੁਕਾਬਲਾ ਕਰਨਾ ਸੌਖਾ ਹੈ, ਤੇ ਜਿਹੜਾ ਉੱਤੋਂ ਤੂੰ ਆਪਣਾ ਬਣਾਇਆ ਹੋਵੇ ਤੇ ਵਿੱਚੋਂ ਦਿਲ ਦੇ ਅੰਦਰ ਮੁਨਾਫਕਤ ਰੱਖਣ ਵਾਲਾ ਹੋਵੇ ਉਸ ਨਾਲ ਮੁਕਾਬਲਾ ਕਰਨਾ ਔਖਾ ਹੈ। ਇਤਨਾ ਖਤਰਾ ਕੁਫਾਰ ਤੇ ਅਲਲ ਐਲਾਨ ਦੁਸ਼ਮਣਾਂ ਦਾ ਨਹੀਂ ਹੁੰਦਾ ਜਿਤਨਾ ਖਤਰਾ ਉਹਨਾਂ ਦਾ ਹੁੰਦਾ ਜਿਹੜੇ ਆਪਣੇ ਬਣ ਕੇ ਜੜਾਂ ਕੱਟੇ ਨੇ, ਮੁਨਾਫਿਕੀਨ ਦੀ ਜਮਾਤ। ਇੱਕ ਬੰਦਾ ਉਹਨਾਂ ਚੋਂ ਬੋਲ ਪਿਆ, ਉੱਤੋਂ ਤੂੰ ਆਪ ਸੱਲੱਲਾਹੁ ਅਲੈਹਿ ਵਸੱਲਮ ਪੁੱਛਦੇ ਪੈਣ ਜੋ ਚਾਦਰ ਕਿਹੜੇ ਪਾਸੇ ਗਈ, ਹੋ ਸਕਦਾ ਆਪ ਨੇ ਚਾਦਰ ਖੁਫੀਆ ਤੌਰ ਤੇ ਚਵਾ ਕੇ ਆਪਣੇ ਇਸਤੇਮਾਲ ਵਾਸਤੇ ਆਪਣੇ ਘਰ ਭੇਜ ਛੋੜੀ ਹੋਵੇ। ਮੈਂ ਅਰਜ਼ ਕਰ ਚੁੱਕਾ ਕਿ ਚਾਰ ਹਿੱਸੇ ਮੁਜਾਹਿਦੀਨ ਦੇ ਹੁੰਦੇ ਤੇ ਪੰਜਵਾਂ ਹਿੱਸਾ ਹੈ ਜਿਸ ਵਿੱਚ ਅੱਲਾਹ ਦਾ ਹੱਕ, ਆਪ ਦਾ, ਆਪ ਦੇ ਰਿਸ਼ਤੇਦਾਰਾਂ ਦਾ, ਗਰੀਬਾਂ ਮਿਸਕੀਨਾਂ ਦਾ। ਹੁਣ ਇਹ ਕਿਵੇਂ ਹੋ ਸਕਦਾ ਹੈ ਜੋ ਹੋਵੇ ਮੁਸਲਮਾਨਾਂ ਦਾ ਮਾਲ ਤੇ ਹਜ਼ੂਰ ਅਨਵਰ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਇਸਤੇਮਾਲ ਵਾਸਤੇ ਘਰ ਚ ਭੇਜਣ? ਰੱਬੇ ਕਾਬਾ ਦੀ ਕਸਮ, ਹਜ਼ੂਰ ਸਬਰ ਦਾ ਘੁੱਟ ਭਰ ਗਏ, ਰੱਬੁਲ ਆਲਮੀਨ ਦੀ ਗੈਰਤ ਨੂੰ ਜੋਸ਼ ਆਇਆ, ਆਇਤ ਨਾਸਿਲ ਹੋ ਗਈ। ਫਰਮਾਇਆ, ਆਊਜ਼ੁ ਬਿੱਲਾਹਿ ਮਿਨਸ਼ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ, وَمَا كَانَ لِنَبِيٍّ أَن يَغُلَّ وَمَن يَغْلُلْ يَأْتِ بِمَا غَلَّ يَوْمَ الْقِيَامَةِ ثُمَّ تُوَفَّى كُلُّ نَفْسٍ مَّا كَسَبَتْ وَهُمْ لَا يُظْلَمُونَ। ਆਇਤ ਨੰਬਰ 161। ਅੰਦਾਜ਼ ਬੜਾ ਅਜੀਬ ਹੈ ਕੁਰਾਨ ਦਾ। ਇਲਜ਼ਾਮ ਲਾਉਣ ਵਾਲੇ ਬੰਦੇ ਨੇ ਇਲਜ਼ਾਮ ਲਾਇਆ ਇਮਾਮ ਉਲ ਅੰਬੀਆ ਸੱਲੱਲਾਹੁ ਅਲੈਹਿ ਵਸੱਲਮ ਤੇ ਕਿ ਚਾਦਰ ਆਪ ਨੇ ਚਵਾ ਕੇ ਆਪਣੇ ਇਸਤੇਮਾਲ ਵਾਸਤੇ ਘਰ ਵਿੱਚ ਛੋੜੀ ਸੀ। ਰੱਬੁਲ ਆਲਮੀਨ ਦੇ ਕੁਰਾਨ ਤੋਂ ਕੁਰਬਾਨ ਵਜਾ ਅੱਲਾ ਸਫਈ 125,000 ਨਬੀਆਂ ਦੀ ਬਿਆਨ ਕਰ ਛੋੜੀ। ਫਰਮਾਇਆ, ਵਮਾ ਕਾਨ ਅਲ ਨਬੀ ਨੂੰ ਨਕਿਰਾ ਤਨਫੀ ਹੈ, ਹਜ਼ਰਤ ਆਦਮ ਅਲੈ ਸਲਾਮ ਤੋਂ ਗਿਣ ਕੇ ਖਾਤਮੁਨ ਨਬੀਨ ਸੱਲੱਲਾਹੁ ਅਲੈਹਿ ਵਸੱਲਮ ਤੱਕ
ਇੱਕ ਲਗ 24,000 ਕਮੋ ਬੇਸ਼ ਅੰਬੀਆ ਕਿਰਾਮ ਅਲੈਹਿਮ ਸਲਾਮ ਵਿੱਚੋਂ ਮੇਰਾ ਕੋਈ ਨਬੀ ਖਿਆਨਤ ਕਰਨ ਵਾਲਾ ਬਣ ਕੇ ਨਹੀਂ ਆਇਆ। ਦੂਜੀ ਕਿਰਾਂ ਚ ਵਮਾ ਕਾਨ ਲਿਨਬੀ ਨੂੰ ਨਹੀਂ ਯੋਗਲ, ਇਹ ਦੂਜੀ ਕਿਰਾਂ ਦੇ ਖਿਆਨਤ ਕਰਨਾ ਦਾ ਬਾਪ ਦਾ ਮਾਮਲਾ ਹੈ। ਖਬਰਦਾਰ ਕਾਇਨਾਤ ਵਾਲੋ, ਮੈਂ ਅੱਲਾ ਕਰੀਮ ਦੇ ਕਿਸੇ ਪੈਗੰਬਰ ਦੇ ਪਾਸੇ ਖਿਆਨਤ ਦੀ ਨਿਸਬਤ ਕਰਨ ਦੀ ਵੀ ਤੁਹਾਨੂੰ ਇਜਾਜ਼ਤ ਨਹੀਂ। ਏਡੀ ਵੱਡੀ ਗੱਲ, ਜੋ ਚਾਦਰ ਆਪਨੇ ਚਵਾ ਕੇ ਭੇਜ ਛੋੜੀ ਉਸੀ ਘਰ ਚ, ਫਰਮਾਇਆ ਤੁਹਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ, ਅੱਲਾ ਕਰੀਮ ਨੇ ਕਿਤਨੀ ਸ਼ਾਨ ਤੇ ਅਜ਼ਮਤ ਵਾਲਾ ਪੈਗੰਬਰ ਬਤੌਰ ਇਹਸਾਨ ਤੇ ਨਿਮਤ ਤੁਹਾਨੂੰ ਅਤਾ ਕੀਤਾ, ਬਜਾਏ ਮਿਲਣ ਦੀ ਨਿਮਤ ਦੀ ਕਦਰ ਕਰਨ ਦੇ ਤੁਸਾਂ ਉਲਟਾ ਇਲਜ਼ਾਮ ਤਰਾਸ਼ੀਆਂ ਸ਼ੁਰੂ ਕਰ ਦਿੱਤੀਆਂ। ਅੱਲਾ ਕਿਤਨੀ ਵੱਡੀ ਨਿਮਤ ਨਾਲ ਮਾਲਾ ਮਾਲ ਕੀਤਾ ਈ, ਅੱਲਾ ਨਾਲ ਜੋ ਫਰਮਾਇਆ ਲਕਦ ਮਨ ਅੱਲਾਹ ਅਲਲ ਮੂਮਿਨੀਨ ਯੁਬਾ ਸਫੀਹਿਮ ਰਸੂਲਾ, ਅੱਲਾ ਦੀ ਕਸਮ ਸਮੁੰਦਰ ਕੂਸੇ ਦੇ ਅੰਦਰ ਅੱਲਾ ਨੇ ਬੰਦ ਕਰ ਛੋੜਿਆ, ਫਰਮਾਇਆ ਮੈਨੂੰ ਅੱਲਾ ਹੋਣ ਦੀ ਕਸਮ ਮੈਂ ਅੱਲਾ ਮੋਮਨਾ ਤੇ ਬਹੁ ਵੱਡਾ ਇਹਸਾਨ ਕੀਤਾ। ਅੱਲਾ ਕਰੀਮ ਨੇ ਅੱਖੀਆਂ ਦਿੱਤੀਆਂ ਹਿੰਦਾ ਅੱਲਾ ਦੀ ਬਹੁ ਵੱਡੀ ਨਿਮਤ, ਹੱਥ ਦਿੱਤੇ ਹਿੰਦਾ ਅੱਲਾ ਦੀ ਬਹੁਤ ਬੜੀ ਨਿਮਤ, ਪੇਰ ਦਿੱਤੇ ਨੇ ਅੱਲਾ ਕਰੀਮ ਦਾ ਬਹੁ ਵੱਡਾ ਇਨਾਮ, ਜ਼ਬਾਨ ਦਿੱਤੀ ਬੋਲਣ ਦੀ ਤਾਕਤ ਦਿੱਤੀ, ਅੱਲਾ ਨੇ ਸਿਹਤ ਆਫੀਅਤ ਦਿੱਤੀ, ਹਿੰਦਾ ਅੱਲਾ ਦੀਆਂ ਬਹੁ ਵੱਡੀਆਂ ਨਿਮਤਾਂ। ਲੇਕਿਨ ਅੱਲਾ ਕਰੀਮ ਨੇ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਜ਼ਿਕਰ ਕੀਤਾ ਹੈ, ਇੱਥਾਂ ਨਿਮਤ ਨਹੀਂ ਫਰਮਾਇਆ, ਫਰਮਾਇਆ ਮੇਰੇ ਮਹਿਬੂਬ ਦਾ ਆਉਣਾ ਮੈਂ ਅੱਲਾ ਦਾ ਬਹੁ ਵੱਡਾ ਇਹਸਾਨ ਏ। ਹਾ ਹਾ, ਕਿਹਦੇ ਮਹਿਬੂਬ ਸੱਲੱਲਾਹੁ ਦਾ ਅੱਲਾ ਉਮਤੀ ਸਾਨੂੰ ਬਣਾਇਆ, ਚੋਂ ਬਸ਼ਾਨਾ ਸ਼ਨੀਗਾਹ ਮੂਸਾ ਕਰਦ ਸ਼ੋਧਾ ਨਾਲ ਉਮਤ ਇਸ਼ਤਮੰਨਾ ਕਰਦ, 70 ਕਮਾਲ ਲਿਖੇ ਹੋਏ ਹਨ ਆਖਰੀ ਉਮਤ ਦੇ ਤੌਰਾਨ ਸ਼ਰੀਫ ਵਿੱਚ ਹਜ਼ਰਤ ਮੂਸਾ ਅਲੈਹਿ ਸਲਾਮ ਪੜ੍ਹੇ। ਅਰਜ਼ ਕੀਤੀ ਨੇ ਅੱਲਾ, 70 ਕਮਾਲਾਂ ਵਾਲੀ ਉਮਤ ਮੈਂ ਮੂਸਾ ਅਲੈਹਿ ਸਲਾਮ ਦੀ ਚਮੜਾ। ਅੱਲਾ ਫਰਮਾਇਆ ਨਾ ਮੇਰੇ ਕਲੀਮ, ਇਹ ਉਮਤ ਮੈਂ ਆਪਣੇ ਆਖਰੀ ਮਹਿਬੂਬ ਸੱਲੱਲਾਹੁ ਅਲੈਹਿ ਵਸੱਲਮ ਦੀ ਬਣਾਵਣੀ ਏ। ਹਜ਼ਰਤ ਮੂਸਾ ਅਲੈਹਿ ਸਲਾਮ ਦੁਆ ਮੰਗੀ, ਅੱਲਾ ਮੈਨੂੰ ਆਪਣੀ ਉਮਤ ਦੀ ਕੋਈ ਲੋੜ ਨਹੀਂ, ਅੱਲਾਹੁਮਾ ਜਅਲਨੀ ਮਿਨ ਉਮਤ ਮੁਹੰਮਦਿਨ ਸੱਲੱਲਾਹੁ ਅਲੈਹਿ ਵਸੱਲਮ, ਪਰ ਮੈਨੂੰ ਵੀ ਆਖਰੀ ਨਬੀ ਦਾ ਉਮਤੀ ਚਮੜਾ। ਲਕਦ ਮਨ ਅੱਲਾਹੁ ਅਲਲ ਮੂਮਿਨੀਨ, ਮੈਂ ਅੱਲਾ ਨੇ ਮੋਮਨਾ ਤੇ ਬਹੁਤ ਬੜਾ ਇਹਸਾਨ ਕੀਤਾ, ਇਦ ਬਾਸ ਫੀਹਿਮ ਰਸੂਲਨ, ਇਹ ਰਸੂਲਨ ਜਿਹੜੀਆਂ ਡੂ ਜ਼ਬਰਾਂ ਹਨ ਜਿਨ੍ਹਾਂ ਨੂੰ ਤਨਵੀਨ ਸਦੇ ਨੇ ਆਉਂਦੇ ਨੇ, ਇਹਨਾਂ ਡੂ ਜ਼ਬਰਾਂ ਦੇ ਅੰਦਰ ਵੀ ਅੱਲਾ ਨੇ ਬੜਾ ਰਾਜ਼ ਰੱਖਿਆ ਹੈ, ਇਹ ਤਨਵੀਨ ਤਾਜ਼ੀਮ ਦੀ ਹੈ। ਮੈਂ ਅੱਲਾ ਕਰੀਮ ਨੇ ਮੋਮਨਾ ਤੇ ਬਹੁ ਵੱਡਾ ਇਹਸਾਨ ਕੀਤਾ, ਜਿਸ ਵੇਲੇ ਸਾਰੇ ਰਸੂਲਾਂ ਵਿੱਚੋਂ ਸਭ ਤੋਂ ਵੱਡਾ ਅਜ਼ੀਮ ਸ਼ਾਨ ਰਸੂਲ ਮੈਨਾਂ ਦੇ ਅੰਦਰ ਭੇਜਿਆ, ਕਿਤਨਾ ਅਜ਼ੀਮ। ਆਪ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ, ਮੈਂ ਘਰ ਮੁਬਾਰਕ ਵਿੱਚੋਂ ਬਾਹਰ ਨਿਕਲਾਂ ਚਲਦਾ ਵਹਿਨਾ, ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਚੱਲਣਾ, ਦੋਸਤਾਂ ਨੂੰ ਹਵਾਲਾ ਸੁਣੇ ਨਾ ਉਹਨਾਂ ਕੁਰਾਨ ਪਾਕ ਦਾ, ਤੇ ਇਹ ਵੀ ਜੁਮਲਾ ਸੁਣੀ ਨੇ ਸਾਰੇ ਦੋਸਤ, ਆਮਨਾ ਦੇ ਲਾਲ ਦੀ ਸ਼ਾਨ ਵਧੇ ਤੇ ਤੋਹੀਦੀਆਂ ਦਾ ਈਮਾਨ ਵਧੇ। ਆਖਰੀ ਪਰ ਸੂਰਤ ਦਾ ਨਾਂ ਸੂਰਤ ਉਲ ਬਲਦ, ਆਮ ਸੱਲੱਲਾਹੁ ਅਲੈਹਿ ਵਸੱਲਮ ਦਾ ਟੁਰਨਾ ਤੇ ਚੱਲਣਾ। ਰੱਬੁਲ ਆਲਮੀਨ ਫਰਮਾਉਂਦੇ, ਲਾ ਉਕਸਿਮ ਬਿਹਾਸਲ ਬਲਦ ਵਾਨ ਤਹਿਲੁਮ ਬਿਹਾਦਲ ਬਲਦ, ਮੈਂ ਅੱਲਾ ਕਰੀਮ ਨੂੰ ਮੱਕੇ ਸ਼ਰੀਫ ਦੀ ਕਸਮ ਏ,
अल्लाह क्यों इतना हजरे अस्वादे, अल्लाह क्यों इतना मकाम इब्राहिम, इब्राहिम अलैहिस्सलाम दे कदम दे निशान आला पत्थर, अल्लाह क्यों कसम चाहिए सफा पहाड़िए, मरवा पहाड़िए, गारे सौरे गारे हिराए, मिनाए मुजलफया रफात दे मैदान हिन, जमजम दा चश्मा है, अल्लाह फरमाने नहीं नहीं ए शैया दा पहले भी हन पया, ए जुमला काबले गौरे, ए शैया मेरे महबूब तू पहले भी हन पया, ते आज मैं अल्लाह क्यों कसमा ज्यादा पिया, मग्गे शरीम दी शहर दिया बान जो मक्के शरीफ दी पथरीली जमीन नाल मेरे महबूब दे पैर दे कदम लगे हुए न, कदम कदम पे रहमते, नफस नफस पे बरकते, जहां जहां से वो शफीए आसियां गुजर गया, जहां नजर नहीं पड़ी वही है रात आज तक, वही वही सहर हुई जहां जहां गुजर गया, सारे दादा उस्ताद हजरत शेखुल कुरान मौलाना गुलामुल्ला खान साहब रहमतुल्ला ने फरमाए हैं, आप सल्लल्लाहु अलैहि वसल्लम दा नाम मुबारक एक मुहम्मद है सल्लल्लाहु, ते दूजा ना आप सल्लल्लाहु अलैहि वसल्लम दा अहमद है। हजरत शेखुल कुरान रहमतुल्ला ने फरमाए हैं, आप दा नामे नामी इसमे गिरामी मुहम्मद सल्लल्लाहु अलैहि वसल्लम, ए फर्शी ना है ते आम दा इसमे गिरामी अहमद, ए अर्शी ना है, फर्क कह रहे हजरत। हजरत शेखुल कुरान रहमतुल्ला ने फरमाए हैं, मुहम्मद मोहब्बत नाल, मोहब्बत नाल मुहम्मद सल्लल्लाहु अलैहि वसल्लम, सुभान अल्लाह, सारी कायनात अले जेदियां तारीफां करे ना, अल्लज़ी युहमदु हमदम बाद हमदिन, तारीफां कर कर सारे मुकवंजन, जेदियां तारीफां मुकन वी ना वेन, ते जरा जुमला दोस्तां नूं सुणावणा चाहुंदा ओए, सारी कायनात अले आप सल्लल्लाहु अलैहि वसल्लम दियां तारीफां करे ना, पर रब्बुल आलमीन तों ज़्यादा आप दी तारीफ कर भी कोई नहीं सकदा। ते अहमद दा मना सारी कायनात अले अल्लाह दियां तारीफां करे ना, ते जेरी शख्सियत वड्डी तारीफ अल्लाह दी कोई ना कर सके, उस शख्सियत नूं सदेने उन्हें अहमद, सब तो ज्यादा अल्लाह दियां तारीफां करने वाले आप अहमद, ते सब तो ज्यादा अल्लाह जनियां तारीफां करे वो है मुहम्मद सल्लल्लाहु अलैहि वसल्लम। सबक ते आओ, अब सल्लल्लाहु अलैहि वसल्लम बार तशरीफ गिन गए, फरमाने दो फरिश्ते आसमान तो तले उतरे, फरिश्ते अल्लाह दे हुक्म तो बगैर जमीन ते नहीं आ सकते। कुरान पाक दे लफ्ज 16वां पारा सूरत मरियम फरमाया, वमा तनज़्ज़लु इल्ला बिअम्रि रब्बिक, आयत नंबर 64 सूरत मरियम, फरिश्तां दा जमीन ते आमना अल्लाह दे हुक्म नाल आउंदा है। एक फरिश्ता दूजे नूं आखण लग्या, आप आमना दे लाल सल्लल्लाहु अलैहि वसल्लम हैं, खातमुन नबीयीन हैं, वाकई के त्रकड़ी जागिना। आप फरमाते हैं, फरिश्ता त्रकड़ी घिन के आया है, एक परड़े दे अंदर मैं को बुलाया स, दूजे परड़े दे अंदर एक बंदा बलाया स, जिरवले तोलन लगे वजन में इमाम अंबिया दा ज्यादा हो गया। फरिश्ते कहना, आप दे सामने डा बंदे बला, डा बंदे बलहे ने वजन मेरा ज्यादा, 100 बंदे बला, 100 बलहे ने वजन मेरा ज्यादा। हुजूर अनवर सल्लल्लाहु अलैहि वसल्लम फरमाते हैं, एक 1000 बंदा बलाया ने त्रकड़ी बिच, हुन परड़ा कितना वड्डा हो सी। दोस्तों ईमान रखना है,
ਸਾਡੇ ਅਕਲ ਦੇ ਅੰਦਰ ਗੱਲ ਆਵੇ ਜਾਂ ਨਾ ਆਵੇ, ਰਹਿਮਤ ਕਾਇਨਾਤ ਸੱਲੱਲਾਹੁ ਅਲੈਹਿ ਵਸੱਲਮ ਸੱਚ ਫਰਮਾਇਆ। ਹਜ਼ਾਰ ਬੰਦਾ ਸਾਹਮਣੇ ਤੋਲਾ ਨੇ, ਇੱਕ ਬੰਦਾ, ਡਾਂ ਬੰਦੇ, ਸੌ ਬੰਦੇ, ਹਜ਼ਾਰ ਬੰਦਾ ਵਧਣ, ਮੈਂ ਇਮਾਮ ਉਲ ਮੁਰਸਲੀਨ ਸੱਲੱਲਾਹੁ ਅਲੈਹਿ ਵਸੱਲਮ ਦਾ ਵਧ ਗਿਆ। ਹੁਕਮ ਨੇ ਬਣਾ ਲਏ, ਫਰਿਸ਼ਤੇ ਆਖਿਆ ਬਸ ਕਰ। ਹੁਣ ਜੁਮਲਾ ਸੁਣਿਆ ਜਿਹੜਾ ਦੋਸਤਾਂ ਨੂੰ ਸੁਣਾ ਬਣਾਇਆ ਹੈ, ਫਰਿਸ਼ਤਾ ਆਖਣ ਲੱਗਿਆ ਤੋਲਣ ਵਾਲੇ ਨੂੰ ਬਸ ਕਰ, ਹਜ਼ਰਤ ਆਦਮ ਅਲੈਹਿਸ ਸਲਾਮ ਤੋਂ ਗਿਣ ਕੇ ਆਪ ਸੱਲੱਲਾਹੁ ਅਲੈਹਿ ਵਸੱਲਮ ਤੱਕ, ਆਪ ਤੋਂ ਗਿਣ ਕੇ ਕਿਆਮਤ ਤੱਕ ਜਿਤਨੇ ਵੀ ਇਨਸਾਨ ਆਵਣੇ ਨੂੰ ਅੱਲਾਹ ਕਰੀਮ ਜਾਣਦਾ ਹੈ। ਅਗਰ ਸਾਰੀ ਕਾਇਨਾਤ ਦੇ ਇਨਸਾਨ ਤਰੱਕੜੀ ਦੇ ਇੱਕ ਪਰੜੇ ਦੇ ਅੰਦਰ ਬਲਾ ਨੀਤੇ ਵਜੇ ਨਾ, ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਮੁਕਾਬਲਾ ਨਹੀਂ ਕਰ ਸਕਦੇ। ਬਿਰਾਦਰਾਨ ਇਸਲਾਮ, ਉਹ ਜਿਹੜੇ ਸਾਰੇ ਦੁਨੀਆਂ ਦੇ ਇਨਸਾਨ ਬਲਾਵਣਿਆਂ ਨੇ ਤਰਕੜੀ ਦੇ ਪਲੜੇ ਵਿੱਚ, ਵਿਜ ਔਲੀਆ ਵੀ ਹੋਵੇ ਨਾ, ਅਸਫੀਆ ਵੀ ਹੋਵੇ ਨਾ, ਅਦਕੀਆ ਵੀ ਹੋਵੇ ਨਾ, ਅਦਕੀਆ ਵੀ ਹੋਵੇ ਨਾ, ਉਲਮਾ ਵੀ ਹੋਵੇ ਨਾ, ਸਿੱਦੀਕੀਨ ਤੇ ਸ਼ੁਹਾਦਾ ਵੀ ਹੋਵੇ ਨਾ, ਨਹੀਂ ਨਹੀਂ ਸਾਥੀਓ, ਸਵਾ ਲੱਖ ਅੰਬੀਆ ਕਿਰਾਮ ਅਲੈਹਿਮ ਅਸਲਾਮ ਕਿਉਂ ਨਾ ਹੋਵੇ ਨਾ, ਲੇਕਿਨ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਮੁਕਾਬਲਾ ਇਤਨੀ ਅਜ਼ਮਤ ਤੇ ਸ਼ਾਨ ਦੇ ਬਾਵਜੂਦ ਸਾਰੇ ਅੰਬੀਆ ਕਿਰਾਮ ਵੀ ਨਹੀਂ ਕਰ ਸਕਦੇ। ਫਾਰਸੀ ਦੇ ਸ਼ਾਇਰ ਨੇ ਆਖਿਆ, ਆਫਾ ਕਾ ਗਰਦੀ ਦਾ ਅਮ ਮੇਰੇ ਬੁੱਤਾਂ ਵਰਜ਼ੀ ਦਾ ਅਮ, ਆਫਾ ਕਾ ਗਰਦੀ ਦਾ ਅਮ ਮੇਰੇ ਬੁੱਤਾਂ ਵਰਜ਼ੀ ਦਾ ਅਮ, ਬਿਸਿਆਰ ਖੂਬਾਂ ਦੀ ਦਾਮ ਲੇਕਿਨ ਤੂੰ ਚੀਜ਼ੇ ਦੀ ਗਰੀ। ਜਬਰੀਲਾ ਕਹਿਣ ਲੱਗਾ ਮੈਂ ਸਾਰੀ ਦੁਨੀਆਂ ਦਾ ਚੱਕਰ ਲਾਇਆ, ਆਫਾ ਕਾ ਗਰਦੀ ਦਾ ਅਮ ਮੇਰੇ ਬੁੱਤਾਂ ਵਰਸੀ ਦਾਮ, ਚੌਲਵੀ ਦੇ ਚੰਨ ਨਾਲੋਂ ਸੋਹਣੇ ਦੇ ਹਸੀਨ ਮੈਂ ਡਿੱਠੇ, ਬਿਸ ਯਾਰ ਖੂਬਾਂ ਦੀ ਦਾਮ, ਵੱਡੀ ਵੱਡੀ ਖੂਬੀਆਂ ਵਾਲੀ ਸ਼ਖਸੀਅਤ ਦੀ ਨਜ਼ਰ ਪਈਏ, ਵੱਡੀ ਵੱਡੀ ਖੂਬੀਆਂ ਵਾਲੀ ਸ਼ਖਸੀਅਤ ਨੂੰ ਮੈਂ ਦੇਖਦਾ ਰਹੀਆਂ, ਆਮਨਾ ਦੇ ਲਾਲ ਲੇਕਿਨ ਤੂੰ ਚੀਜ਼ੇ ਦੀ ਗਰੀ। ਤੁਹਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਹਈ, ਅੱਲਾ ਇਹਦੀ ਸ਼ਾਨ ਵਾਲਾ ਮਹਿਬੂਬ ਤੁਹਾਨੂੰ ਦਿੱਤਾ ਹੈ, ਤੁਸਾਂ ਦੇ ਚਾਦਰ ਨਬੀ ਸੋਹਣੇ ਘਰ ਵਿੱਚ ਛੋੜੀ ਹੋ ਸੀ, ਸਬਕ ਭੁੱਲ ਤਾਂ ਨਹੀਂ ਗਿਆ। ਲਕਦ ਮੰਨੱਲਾਹ ਵਲਲ ਮੂਮਿਨੀਨ, ਗੱਲ ਤਾਂ ਬੜੀ ਅਜੀਬ ਹੈ, ਜ਼ਿਕਰ ਚੱਲਦਾ ਵੀ ਹੈ ਖਿਆਨਤ ਦਾ, ਮੇਰਾ ਕੋਈ ਨਬੀ ਖਿਆਨਤ ਨਹੀਂ ਕਰ ਸਕਦਾ, ਤੇ ਨਾਲ ਅੱਲਾ ਫਰਮਾਇਆ ਮੈਂ ਲਾ ਮੋਮਨਾ ਤੇ ਇਹਸਾਨ ਕੀਤਾ, ਸ਼ਾਨ ਵਾਲਾ ਪੈਗੰਬਰ ਭੇਜਿਆ, ਅੱਲਾ ਦੀਆਂ ਰਹਿਮਤਾਂ ਹੋਵੇ ਨਾ ਸਾਰੇ ਬਜ਼ੁਰਗਾਂ ਤੇ ਅਕਾਬਰੀਨ ਤੇ ਜਿਨ੍ਹਾਂ ਸਾਨੂੰ ਕੁਰਾਨ ਸਮਝਾਇਆ ਹੈ, ਜਿਨ੍ਹਾਂ ਸਾਨੂੰ ਕੁਰਾਨ ਸਿਖਾਇਆ ਹੈ, ਜਿਨ੍ਹਾਂ ਸਾਨੂੰ ਕੁਰਾਨ ਪੜ੍ਹਾਇਆ ਹੈ, ਕਿਵੇਂ ਸੋਹਣਾ ਤਾਲੁਕ ਹੈ, ਸੋਹਣਾ ਰੱਬ ਤੇ ਸੋਹਣਾ ਜੋੜ ਆਪਸ ਵਿੱਚ, ਇਹ ਤਰਦੇ ਰਈਸੁਲ ਮੁਫਸਰੀਨ ਸਨਦੁਲ ਮੁਹੱਦਸੀਨ ਹਜ਼ਰਤ ਮੌਲਾਨਾ ਹੁਸੈਨ ਅਲੀ ਰਹਿਮਤੁਲਾਹ ਅਲੈਹ ਦੀ। ਕੋਈ ਪੈਗੰਬਰ ਖਿਆਨਤ ਨਹੀਂ ਕਰ ਸਕਦਾ, ਆਮਨਾ ਦਲਾਲ ਕਿਵੇਂ ਖਿਆਨਤ ਕਰ ਸਕਦਾ ਹੈ, ਬਜਾਏ ਸ਼ੁਕਰ ਕਰਨ ਦੇ ਗੱਲਾਂ ਸ਼ੁਰੂ ਕਰਨ ਦੀਆਂ ਵੇ, ਇਹ ਗੱਲਾਂ ਮੁਨਾਸਿਬ ਨਹੀਂ, ਤੁਹਾਡੀ ਜ਼ਬਾਨ ਤੇ ਨਹੀਂ ਆਉਣੀਆਂ ਚਾਹੀਦੀਆਂ। ਇਦ ਬਾ ਸਫੀਹਿਮ ਰਸੂਲਮ ਮਿਨ ਅਨਫੁਸਿਹਿਮ, ਜਿਸ ਵੇਲੇ ਅੱਲਾਹ ਕਰੀਮ ਨੇ ਸਾਰੇ ਅੰਬੀਆ ਕਿਰਾਮ ਵਿੱਚੋਂ ਸਭ ਤੋਂ ਜ਼ਿਆਦਾ ਅਜ਼ਮਤ ਵਾਲਾ ਪੈਗੰਬਰ ਤੁਹਾਡੇ ਹਿੱਸੇ ਦੇ ਅੰਦਰ ਲੈ ਛੋੜੇ। ਬੜੀਆਂ ਮਿਸਾਲਾਂ, ਕਿਤਨੀ ਅਜ਼ਮਤ। ਹੁਣ ਇਸ਼ਾਰਾ ਸੁਣਾਉਣ ਲੱਗਾ ਹੀ ਗੌਰ, ਸੋਲਵਾਂ ਪਾਰਾ ਸੂਰਤ ਦਾ ਨਾਂ ਸੂਰਤ ਮਰੀਅਮ, ਇਹ ਮੇਰੇ ਸਾਹਮਣੇ ਸੂਰਤ ਮਰੀਅਮ ਖੁੱਲੀ ਹੋਈ ਹੈ। ਰੱਬੁਲ ਆਲਮੀਨ ਫਰਮੈਨ ਫਾਤਤ ਬੀ ਕਉਮਾ ਤਹਮਿਲੋ, ਇਹ ਹਵਾਲਾ ਹੈ ਆਇਤ ਨੰਬਰ 27। ਪਾਕ ਦਾ ਮਨ ਹਜ਼ਰਤ ਮਰੀਅਮ ਸਿੱਦੀਕਾ ਆਪਣੇ ਹੱਥਾਂ ਦੇ ਮਾਸੂਮ ਈਸਾ ਅਲੈਹਿ ਸਲਾਮ ਨੂੰ ਚਾਹ ਕੇ ਕੌਮ ਦੇ ਸਾਹਮਣੇ ਗਿਣ ਲਈਏ, ਕੌਮ ਦੇ ਬੰਦੇ ਹੈਰਾਨ ਰਹਿ ਗਏ, ਆਖਣ ਲੱਗੇ ਯਾ ਮਰੀਅਮ ਲਕਦ ਜੇਤੇ ਸ਼ਈਅਨ ਫਰੀਆ,
ਇਹ ਕਿਹੜਾ ਗਲਤ ਕੰਮ ਕਰਕੇ ਆਵਣੀ, ਤੇਰੀ ਤਾਂ ਸ਼ਾਦੀ ਵੀ ਨਹੀਂ ਹੋਈ ਹਜ਼ਰਤ ਮਰੀਮ, ਬਗੈਰ ਨਿਕਾਹ ਦੇ ਸ਼ਾਦੀ ਦੇ ਪੁੱਤਰ। ਆਖਣ ਲੱਗੇ ਆ ਉਖਤਾਰੂ ਅਮਾ ਕਾਨਾ ਬੂ ਕਿਮਰਾ ਸਉਮ ਅਮਾ ਕਾਨਾ ਤੁਮੋ ਕੇ ਬਗੀਆ। ਔਲਾਦ ਦੇ ਉਤੇ ਯਾ ਅਸਰ ਹੁੰਦਾ ਵਾਲਿਦਾ ਯਾ ਵਾਲਦਾ ਦਾ। ਅੱਬਾ ਨਮਾਜ਼ ਪੜ੍ਹੇ ਔਲਾਦ ਨੂੰ ਵੀ ਯਾਦਾਂ ਤੋਣੀਏ, ਅੰਮਾ ਜਾਨ ਨੇਕ ਹੋਵੇ ਔਲਾਦ ਤੇ ਵੀ ਅਸਰਾਤ ਆਉਂਦੇ ਨੇ। ਤੇਰਾ ਤਾਂ ਅੱਬਾ ਵੀ ਨੇਕ ਆਈ, ਅੰਮਾ ਵੀ ਤੇਰੀ ਨੇਕ ਬੀਬੀ ਆਈ, ਭਾਈ ਤੇਰਾ ਹਰੂਨ ਵੀ ਪਾਕ ਦਾ ਮਨ ਤੇ ਨੇਕ ਬੰਦਾ ਆਈ। ਮੁਸਲਿਮ ਸ਼ਰੀਫ ਵਿੱਚ ਹਦੀਸ ਏ, ਇਹ ਹਾਰੂਨ ਹਜ਼ਰਤ ਮਰੀਮ ਦਾ ਭਾਈ ਆਈ, ਹਜ਼ਰਤ ਹਾਰੂਨ ਅਲੈਹਿ ਸਲਾਮ ਦੇ ਨਾਂ ਉੱਤੇ ਇਸਦਾ ਨਾਂ ਵੀ ਹਾਰੂਨ ਰੱਖਾਂ ਗਿਆ ਆਈ। ਭਾਈ ਨੇਕ, ਅੰਮਾ ਨੇਕ, ਅੱਬਾ ਨੇਕ, ਤੇ ਤੂੰ ਗਲਤ ਕਿਵੇਂ ਨਿਕਲ ਆਈ? ਫਾਇਸ਼ਾਰਤ ਹੀ ਲਈ, ਜ਼ਬਾਨ ਨਾਲ ਗੱਲ ਨਹੀਂ ਕਰੇਂਦੀ। ਹਾਏ ਹਾਏ, ਜਿਬਰੀਲ ਅਮੀਨ ਦਸਾ ਛੋੜਾ ਹਈ, ਇਮਾ ਤਰਾ ਇਨਾ ਮਿਨ ਅਲ ਬਸ਼ਰ ਅਹਦਾ ਫਕੂਲੀ ਇਨੀ ਨਜ਼ਰਤੁ ਲਿਲ ਰਹਿਮਾਨਿ ਸੌਮਾ ਫਲਨ ਉਕੱਲਿਮਲ ਯੌਮ ਇਨਸੀਆ। ਆਇਤ ਨੰਬਰ 26। ਬੀਬੀ ਮਰੀਮ ਦੇ ਨੂੰ ਖਤਰਾ ਹੋਵੇ, ਕੌਮ ਦੇ ਬੰਦੇ ਇਤਰਾਜ਼ ਕਰੇ ਸਨ, ਸ਼ਾਦੀ ਤੋਂ ਬਗੈਰ ਪੁੱਤਰ ਕਿਵੇਂ ਪੈਦਾ ਹੋ ਗਈ? ਜ਼ਬਾਨ ਨਾਲ ਨਹੀਂ ਬੋਲਣਾ, ਇਸ਼ਾਰਾ ਕਰਨਾ ਹੈ ਕਿ ਮੈਂ ਰੋਜ਼ਾ ਰੱਖਾ ਹੋਇਆ ਰਹਿਮਾਨ ਨੂੰ ਰਾਜ਼ੀ ਕਰਨ ਵਾਸਤੇ, ਮੰਨਤ ਮੰਨੀ ਹੋਈ ਹੈ ਰੋਜ਼ੇ ਦੀ, ਤੇ ਉਸ ਰੋਜ਼ੇ ਦੇ ਅੰਦਰ ਖਾਵਣ ਪੀਵਣ ਦੇ ਛੋੜਨ ਦੇ ਨਾਲ ਨਾਲ ਬੋਲਣ ਦੀ ਵੀ ਪਾਬੰਦੀ ਆਈ। ਮੈਂ ਬੋਲਣਾ ਨਹੀਂ, ਇਸ਼ਾਰਾ ਕਰੇ, ਮੈਂ ਤੁਹਾਡੇ ਨਾਲ ਗੱਲ ਨਾ ਕਰੇ ਦੀ। ਹਜ਼ਰਤ ਮਰੀਮ ਚੋਪੇ ਰੋਦਾ ਜੋ ਰੱਖਾ ਹੋਇਆ ਸੀ, ਇਸ਼ਾਰਾ ਕੀਤਾ ਸੀ ਮੇਰੇ ਨਾਲ ਗੱਲ ਬਾਤ ਨਾ ਕਰੋ, ਜਿਹੜੇ ਸਵਾਲ ਜਵਾਬ ਕਰਨੇ ਨੇ ਇਹ ਤੇਰਾ ਵੇ, ਪਾਲ ਨਾਲ ਗੱਲ, ਬੱਚੇ ਨਾਲ ਗੱਲ ਕਰੋ। ਕੋਮਲ ਇਹ ਹੋਰ ਜ਼ਿਆਦਾ ਹੈਰਾਨ ਲੈ ਗਏ, ਆਖਣ ਲੱਗੇ ਗਈ ਫਨੂ ਕੱਲੇ ਮੋਮਨ ਕਾ ਨਾ ਫਿਲਮਾ ਦੇ ਸਬੀਆ। ਇੱਕ ਬਗੈਰ ਸ਼ਾਦੀ ਦੇ ਪੁੱਤਰ ਵਧੀ ਇਸ਼ਾਰੇ ਕਰੇ ਨੀ, ਪਾਲ ਨਾਲ ਗੱਲ ਕਰੋ। ਪਹਿਲੀ ਡਿਹਾਰ ਦਾ ਬੱਚਾ ਦੁੱਧ ਪੀਵਣ ਵਾਲਾ ਅੰਮਾ ਦੀ ਝੋਲੀ ਦੇ ਅੰਦਰ ਕਿਵੇਂ ਬੋਲ ਸਕਦਾ? ਅਸਾਂ ਅਸਬਾਬ ਦੇ ਮੁਹਤਾਜ ਹੈ, ਲੇਕਿਨ ਮੁਸੱਬਬੁਲ ਅਸਬਾਬ, ਅਸਬਾਬ ਦਾ ਖਾਲਿਕ ਦਾ ਅਸਬਾਬ ਦਾ ਮੁਹਤਾਜ ਨਹੀਂ। ਰੱਬੁਲ ਆਲਮੀਨ ਨੇ ਕੁਦਰਤ ਦਾ ਇਸ਼ਾਰਾ ਕੀਤਾ, ਮਾਸੂਮ ਈਸਾ ਅਲੈਹਿ ਸਲਾਮ ਅੰਮਾ ਦੀ ਝੋਲੀ ਦੇ ਅੰਦਰ ਬੋਲ ਪਏ। ਆਖਰੀ ਪਾਰਾ ਸੂਰਤ ਨਾ ਸੂਰਤੁਲ ਬੁਰੂਜ, ਫਰਮਾਇਆ ਫਾਲੁਲ ਮਾਯੂਰੀਦ। ਇਹ ਮੇਰੇ ਸਾਹਮਣੇ ਆਇਤ ਨੰਬਰ 16 ਸੂਰਤੁਲ ਬੁਰੂਜ ਆਖਰੀ ਪਾਰਾ। ਅੱਲਾ ਕਰੀਮ ਜਿਹੜੇ ਕੰਮ ਦਾ ਜਿਹੜੇ ਵੇਲੇ ਇਰਾਦਾ ਕਰੇ ਅੱਲਾ ਕਰ ਸਕਦਾ, ਅੱਲਾ ਨੂੰ ਰੋਕਣ ਵਾਲੀ ਸਾਧ ਪੈਦਾ ਹੀ ਨਹੀਂ ਹੋਈ। ਇਨਮਾ ਅਮਰੁਹੁ ਇਜ਼ਾ ਅਰਾਦਾ ਸ਼ਈਅਨ ਅਨ ਯਕੂਲ ਲਹੁ ਕੁਨ ਫਯਕੂਨ। 23 ਪਾਰਾ ਸੂਰਤ ਨਾ ਸੂਰਤ ਯਾਸੀਨ। ਇਹ ਮੇਰੇ ਸਾਹਮਣੇ ਆਇਤ ਨੰਬਰ 82 ਖੁੱਲੀ ਹੋਈ ਹੈ। ਹਜ਼ਰਤ ਸ਼ੇਖੁਲ ਕੁਰਾਨ ਮੌਲਾਨਾ ਗੁਲਾਮ ਉੱਲਾ ਖਾਨ ਰਹਿਮਤੁੱਲਾ ਅਲੈਹ, ਸਾਰੇ ਦਾਦਾ ਉਸਤਾਦ। ਮੈਂ ਦੁਬਈ ਦੇ ਅੰਦਰ ਬਿਆਨ ਵਾਸਤੇ ਪਹੁੰਚਾ, ਸਾਥੀ ਆਖਣ ਲੱਗੇ ਹਜ਼ਰਤ ਸ਼ੇਖ ਫੌਤ ਥੇ ਹਨ, ਤੇ ਜ਼ਬਾਨ ਤੇ ਫੌਤਗੀ ਦੇ ਟਾਈਮ ਇਹ ਕੁਰਾਨ ਦੀ ਆਇਤ ਆਈ। ਮੈਂ ਹੰਗੂ ਪਹੁੰਚਾ ਕੁਹਾੜ ਕੋ ਲੱਗੇ, ਇੱਕ ਪਸ਼ਤੂਨ ਆਲਿਮ ਉਹਨਾਂ ਦੇ ਘਰ ਅਸਾਂ ਚਾਹ ਪੀਤੀ ਬਿਆਨ ਤੋਂ ਪਹਿਲੇ। ਮੌਲਾਨਾ ਫਰਮਾਉਣ ਲੱਗੇ ਕਿ ਮੈਂ ਹਜ਼ਰਤ ਸ਼ੇਖ ਦੇ ਨਾਲ ਹਾਂ, ਮੈਂ ਸ਼ਾਗਿਰਦ ਹਾਂ ਉਹਨਾਂ ਦਾ, ਮੈਂ ਦੁਬਈ ਹੁੰਦਾ ਹਾਂ, ਕਈ ਸਾਲ ਮੈਂ ਦੁਬਈ ਦੇ ਅੰਦਰ ਗੁਜ਼ਾਰੇ। ਉਹ ਹਜ਼ਰਤ ਸ਼ੇਖ ਦੀ ਵਫਾਤ ਦਾ ਟਾਈਮ ਆਇਆ, ਮੈਂ ਨਾਲ ਹਾਂ, ਹਜ਼ਰਤ ਸ਼ੇਖ ਦੀ ਜ਼ਬਾਨ ਤੇ ਵਫਾਤ ਦੇ ਟਾਈਮ ਕੁਰਾਨ ਦੀ ਆਇਤ ਜਾਰੀ ਆਈ।
دعا کرو اللہ اچھی موت عطا فرماوے، امین آکھو. جیرے ویلے اللہ کہیں کم دا ارادہ کرے، اللہ فرمے دے کن ہو وانیا، اے بھی ساڑے سمجھاون واسطے اندازے، ورنہ اللہ آکھدا نہیں، اللہ ارادہ کرے دے کم تھی وین دے. عیسیٰ علیہ السلام بول پے، قال انی عبد اللہ آتانی الکتاب وجعلنی نبیا. ایک حدیث پاک پہلے سنا ما چاہ، میں چاہنا اللہ میرے دوستاں کو ہزار ہزار رکعت نفلیاں دا ثواب چڑھے وے. تیار ہو؟ تیار ہو سارے؟ آپ صلی اللہ علیہ وسلم فرمایا، جیرا بندہ قرآن پاک دا ایک مضمون سمجھ گنے، اللہ اس بندے نو ہزار رکعت مقبول نفلیاں دا ثواب عطا کرے دے. ساتھی تیار رہے، میں تو اللہ چھوٹا بھائیاں اور ہمدرد ہاں، میں تا گنہگار ہاں، میں چاہنا اللہ میرے دوستاں دیاں جھولیاں بھی ہزار رکعت نوافل نال بھر چھوڑے. مقام سمجھنا ہے. قوم دا اشکال، قوم دا سوال، بغیر شادی دے پتر کی میں پیدا ہو گیا ہے؟ شاگل صاحب میرے دیکھ رہے ہیں، قوم دا سوال، بغیر شادی دے بیٹا کی میں پیدا ہو گیا ہے؟ سوال جواب، عیسیٰ علیہ السلام بول پہ، انی عبداللہ، میں اللہ دا بندہ ہاں، اللہ میں نو کتاب دے سی، نبی بنے سی. سوال دا جواب دا وچ آیا ہی نہیں. سوال ہے، بغیر شادی دے پتر کی میں پیدا ہو گیا ہے؟ جواب، میں اللہ دا بندہ، اللہ میں نو کتاب دے منیے، تے اللہ نبی بنا منے ہے. سوال ہو رہے، جواب ہو رہے، سوال ہو رہے، جواب ہو رہے، میں اللہ دا بندہ، اللہ کتاب دے سی، نبی بنے. ہاں، اللہ دیا رحمتا ہوں من، اللہ کریم رحمت نال مالا مال کرے، رب العالمین دیاں برکت نازل تھی میں نا، سارے اکابرین دے مشائخ دے اتے جنہ سنو قرآن سکھایا تے سمجھایا ہے، رئیس المفسرین حضرت مولانا حسین علی رحمت اللہ علیہ، شیخ القرآن حضرت مولانا محمد طاہر پنجبیری رحمت اللہ علیہ، شیخ القرآن حضرت مولانا غلام اللہ خان رحمت اللہ علیہ، شیخ التفسیر حضرت مولانا عبدالغنی سیم چاجری رحمت اللہ علیہ، کیا سونا انداز سمجھایا ہے کی میں بغیر شادی دے پتر پیدا ہو گیا ہی. عیسیٰ علیہ السلام دا جواب، میں اللہ دا بندہ ہاں، اللہ میں نو کتاب دے منی ہے، اللہ میں نو نبی بنا منا ہے، تے جس نو اللہ کتاب دے منی ہوئے، جس نو اللہ نبی بنا منا ہوئے، اس دے نسب دے اندر شک دی گنجائش نہیں ہوں دی. کیا یہ انداز قرآن. عیسیٰ علیہ السلام بولے، اتھا میں جملہ دو سالوں سنے نہ ہونا، عیسیٰ علیہ السلام بولے، روح تا وچ موجود ہے، روح تا ہی وچ، بچے ان بولے، روح تا موجود ہے، تا بڑا کمال، پہلے دین دا بچہ بول پے، پر روح تا موجود ہے، تے جس ویلے امام الانبیاء صلی اللہ علیہ وسلم دا دور آیا ہے، بخاری شریفی لفظ ساحت نخلت و سیاہ سبیش رواہ البخاری، جس ویلے حضور انور صلی اللہ علیہ وسلم دے ممبر تیار کر آگے رکھا گیا ہے لکڑی دا مسجد نبوی شریف وچ، آپ تشریف فرما ہو کے جمعہ دا خطبہ ارشاد فرماون لگے، ایویں رومن دی آواز آون لگ گئی ہے جویں بال معصوم رونے ہونن. اے کون روندا پیا ہے؟ مولانا روم رحمت اللہ علیہ نے لکھے مسنوی شریف وچ، اس تو نے حنانا دیجر رسول نالا مزد چوربا بے اکول، آ پھر اللہ جرے کھجور دے تنے نال ٹیک لا کے حضور انور صلی اللہ علیہ وسلم خطبہ ارشاد فرمینے انہیں ہن، آپ جدا فہ کھجور دا تنا آپ دی جدائی برداشت نہیں کر سگا، زارو قطار رومنا شروع کر لیتا سا، آپ ممبر شریف دو تلے ادرے سکے کھجور دے منو سینے نال لایا، زور دا سینہ، میں اپنی جماعت دی شاہ تو توحید و سننا دا کی دا سنے نا، انہا ملکی چھے
عقیدہ دے ایمان ساڈا اے حضور صلی اللہ علیہ وسلم دا سینہ وی بے مثال, پسینہ وی بے مثال, تے مدینہ وی بے مثال. تھپکیا ایک جملہ ہو یاد آیا ہے, آپ صلی اللہ علیہ وسلم جدا ہوئے کھجور دا سکا تنا رومن لگی ہے حضور دی جدائی چ. تے جس ویلے آمنا دلال صلی اللہ علیہ وسلم صحابہ تو جدا ہوئے آپ دی وفات ہوئی, حضرت فاطمہ رضی اللہ تعالیٰ دے لفظ سیرت کتابہ وچ فرمانی نے صحبت علی مصائب اللہ انہا صحبت علی میں سر نہ لیا لیا, آپ دی وفات نال میں حضرت فاطمہ دے اتنا دکھ دے صدمہ آیا ہے کہ اگر آپ دی جدائی والا دکھ چٹے چاننے ڈی تے آوے ہاں چٹا چاننا ڈی بھی کالی سیاہ رات بن ونجے ہاں. صحابہ کرام پریشان سارو قدار جھوٹا دے پہن, آپ صلی اللہ علیہ وسلم دی جدائی وچ حضور جدا ہوئے کھجور دا تنا برداشت نہ کر سکے, حضور جدا ہوئے حضرت فاطمہ رضی اللہ تعالیٰ عنہا روے, حضور جدا ہوئے صحابہ کرام سارو قدار روئے, تے آپ دی جدائی نے موقع تے میں خوشیاں دے جشن مناوا اے کیویں حضور نال محبت اے. اقبال کے کسے خبر تھی کہ لے کے چراغ مصطفی جہاں میں آگ لگاتی پھرے گی بولا بھی. تھپکیاں دیتیاں جی میں بچے نو ماں تھپکیاں دینی ہوں دیئے چپ کرویں دیئے. آج بھی ریاض الجنہ وچ اسی جاتے ستونے جرے ستون دنائے اس تونے ہنانا اتھائیے کھجور دا موڑ. دوستو فرق سناونا چاہنا, حضرت عیسیٰ علیہ السلام بولے روح تبچ موجود ہے, حضور سونے دی جدائی میں کھجور دا تنا رن جد اندر روح آئی بھی کوئی نہیں. اس قوال دا مقابلہ کون کرے, آہا سینے نال لگی ہے. تے بھی جملہ ضرور سنائی ونیا, کھجور دا سکا مڈھ اج تک یادگار عرض کیتی ستون اس نے ہنانا, کھجور دا سکا مڈھ اس نے ہنانا آپ دے سینے نال لگی ہے. ساری دنیا دیاں آلہ دوال کھجورا جمع کرو, کھجور دے سکے مڑ دی شان نہ مقابلہ نہیں ہو سکدا, لا دے واسطے آپ دے سینے نال لگن لا. تے جیرے آپ دے جان نثار اداکار صحابہ 23 سال نال رہے, انہوں دا کوئی مقام نہیں. کمتر نے آکھے عجب نصیب انہاں دے لوگو جڑے سنگت رسول دی رلے, بو بکر عمر عثمان علی اتوں بھر گئے چاروں پلے, بلا سب تو وات صدیق عمر تے چڑھیے جائی فید دی چھلے, او تاج وی رسول دے نال دفن ہن یو رب دا ویکھ فضلے. اتنی شان والا محبوب میلا تانوں دیتا ہے تساں دے چادر چا کے گھر بھیجیو سے سیا. بڑا افسوس تے میڈا محبوب ہے کون, اللہ ترے مخلوق گنجو نشان والیاں خاکی نورانی تے ناری, خاکی نورانی ناری, خاکی انسان نورانی فرشتے تے ناری جنات. رب العالمین نے وضاحت فرما چھوڑی, فرمایا اذ باس فیہم رسولا من انفسہم, میرا محبوب صلی اللہ علیہ وسلم ہے ایمانداراں دی جنس وچوں, جنس وچ ہومن دا کیا مانا, ایماندار وی انسان ہن تے آون والا محبوب انسان ہے. سورۃ الانام دا ایک انداز سنے, ستواں پارا سورۃ الانام, سورۃ الانام
ਇਹ ਮੇਰੇ ਸਾਹਮਣੇ ਮਾਰੇ ਗਏ ਕਾਇਨਾਤ ਦੀ ਲਾਰੇਮ ਕਿਤਾਬ ਇਹਦੀ ਖੈ ਹਵਾਲਾ ਅੱਲਾ ਕਰੀਮ ਫਰਮਾਨ ਵਾਲਾ ਜਾਲ ਨਾ ਹੋ ਮਾਲਾ ਕਾ ਲਾ ਜਾਲ ਨਾ ਹੋ ਰਾਜੋ ਲਾ ਵਾਲਾ ਲਬਸਨਾ ਨਹੀਂ ਇਹ ਆਇਤ ਨੰਬਰ 9 ਇਹ ਹਵਾਲਾ ਸਾਹਮਣੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਖਾਲੇ ਵਾਕਣ ਲੱਗੇ ਕੋਈ ਫਰਿਸ਼ਤਾ ਰਸੂਲ ਬਣ ਕੇ ਆਵੇ ਹਾਂ ਤਾਂ ਤਾਂ ਸਮਨ ਖਿੰਦੇ ਬਸ਼ਰ ਕਿਉਂ ਰਸੂਲ ਬਣ ਕੇ ਆਏ ਨੇ ਮਨੇ ਦੇ ਰਸੂਲ ਕੌਣ ਹੋਵੇ ਆ ਫਰਿਸ਼ਤਾ ਅੱਲਾ ਕਰੀਮ ਨੇ ਫਰਮਾਇਆ ਵਲਾਉ ਜਲਨਾ ਹੋ ਮਾਲਾ ਕਾਲਾ ਜਲਨਾ ਹੋ ਰਾਜੋ ਲਾ ਮੈਲਾ ਫਰਿਸ਼ਤੇ ਨੂੰ ਰਸੂਲ ਬਣਾ ਕੇ ਭੇਜਿਆ ਉਹ ਤਾਂ ਤੁਹਾਨੂੰ ਨਜ਼ਰ ਨਾ ਆਵਿਆ ਇਹ ਫਰਿਸ਼ਤੇ ਕੋ ਨਜ਼ਰ ਆਉਂਦੇ ਨੇ ਇਹ ਕਾਤਿਬੀਨ ਕਿਰਾਮ ਗੁਨਾਹ ਤੇ ਨੇਕੀਆਂ ਲਿਖਣ ਵਾਲੇ ਮੈਲਾ ਕਰੀਮ ਫਰਿਸ਼ਤੇ ਨੂੰ ਰਸੂਲ ਬਣਾ ਕੇ ਭੇਜਿਆ ਹਾਂ ਫਰਿਸ਼ਤਾ ਤੁਹਾਨੂੰ ਨਜ਼ਰ ਨਾ ਆਵਿਆ ਤੁਸੀਂ ਆਖੋ ਇਹ ਕਿਹੜੀਆਂ ਰਸੂਲ ਏ ਜਿਹੜਾ ਨਜ਼ਰ ਹੀ ਨਹੀਂ ਆਉਂਦਾ ਅਸਾਂ ਤਾਂ ਨਹਿ ਮਨੇ ਦੇ ਵੱਧ ਵਲਾਉ ਜਲਨਾ ਹੋ ਮਾਲਾ ਕਾਲਾ ਜਲਨਾ ਹੋ ਰਾਜੋ ਲਾ ਤੁਹਾਨੂੰ ਵਿਖਾਵਣ ਵਾਸਤੇ ਫਰਿਸ਼ਤੇ ਨੂੰ ਇਨਸਾਨ ਦੀ ਸ਼ਕਲ ਦੇਵਣੀ ਪਵੇ ਹਾਂ ਤੁਹਾਨੂੰ ਵਿਖਾਵਣ ਵਾਸਤੇ ਫਰਿਸ਼ਤੇ ਨੂੰ ਇਨਸਾਨ ਦੀ ਸ਼ਕਲ ਦੇਵਣੀ ਪਵੇ ਆ ਨਜ਼ਰ ਤਾਂ ਆਵੇ ਤੇ ਜਿਹੜੇ ਮੈਂ ਅੱਲਾ ਫਰਿਸ਼ਤੇ ਨੂੰ ਇਨਸਾਨ ਵਾਲੀ ਸ਼ਕਲ ਜਡੇ ਵਹਾ ਤੁਸਾਂ ਖਵਾਏ ਬਸ਼ਰੇ ਅਸਾਂ ਨੇ ਮਨੇ ਦੇ ਤੁਹਾਡੀ ਗੱਲ ਵੱਧ ਉਥਾਈ ਆਈ ਅੱਲਾ ਕੇ ਕੀਤਾ ਈ 15ਵਾਂ ਸਿਪਾਰਾ ਹਰ ਗੱਲ ਕੁਰਾਨ ਨਾਲ ਲਿਖਾਵਾਂ ਤਾਂ ਲੁਤਫ ਨਾ ਆਵੇ ਇਹੋ ਤੇ ਇਮਤਿਆਜ਼ ਦੀ ਸਾਰੀ ਜਮਾਤ ਦੀ ਸ਼ਾਦੂ ਤੋਹੀਦ ਵਾ ਸੁਣਨਾ ਦਾ 15ਵਾਂ ਪਾਰਾ ਸੂਰਤ ਦਾ ਨਾਂ ਸੂਰਤ ਬਨੀ ਇਸਰਾਇਲ ਇਹ ਮੇਰੇ ਸਾਹਮਣੇ ਸੂਰਤ ਬਨੀ ਇਸਰਾਇਲ ਖੁੱਲੀ ਹੋਈ ਏ ਤੇ ਆਇਤ ਨੰਬਰ 95 ਇਹ ਪਹਿਲੀ 17ਵੀਂ ਸਫ਼ੇ ਦੀ ਫਰਮਾਇਆ ਕੁਲ ਐਲਾਨ ਫਰਮਾਓ ਮੇਰੇ ਮਿੱਠੇ ਮਦਨੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਲਾਉ ਕਾਨ ਫਿਲ ਅਰਦਿ ਮਲਾਇਕਤੁਹੁਮ ਯਮਸ਼ੂਨਾ ਮੁਤਮਈਨੀਨਾ ਲਨਜ਼ਲਨਾ ਅਲੈਹਿਮ ਮਿਨ ਸਮਾਇ ਮਲਕਰ ਰਸੂਲਾ ਜੇਕਰ ਜ਼ਮੀਨ ਤੇ ਫਰਿਸ਼ਤੇ ਰਹਿੰਦੇ ਆਉਂਦੇ ਨੂਰਾਨੀ ਟੁਰਦੇ ਫਿਰਦੇ ਆਉਂਦੇ ਇਤਮਿਨਾਨ ਨਾਲ ਫਰਿਸ਼ਤੇ ਰਹਿੰਦੇ ਆਉਂਦੇ ਤਾਂ ਮੈਂ ਅੱਲਾ ਕਰੀਮ ਰਸੂਲ ਵੀ ਫਰਿਸ਼ਤਾ ਬਣਾ ਕੇ ਭੇਜਾਂ ਹਾਂ ਲੇਕਿਨ ਚੂੰਕਿ ਜ਼ਮੀਨ ਤੇ ਇਨਸਾਨ ਰਹਿੰਦੇ ਨੇ ਤਾਂ ਮੈਂ ਅੱਲਾ ਕਰੀਮ ਨੇ ਇਨਸਾਨਾਂ ਵਿੱਚ ਸ਼ਾਨ ਵਾਲਾ ਪੈਗੰਬਰ ਰਸੂਲ ਬਣਾ ਕੇ ਭੇਜਿਆ ਕਹਾ ਹੈ ਕਿਸਨੇ ਆਮ ਇਨਸਾਨ ਅਕੀਦਾ ਸੁਣ ਹੀ ਨੇ ਸਾਰੇ ਦੋਸਤ ਉਰੇ ਰੱਖਣੇ ਮਰਦੇ ਦਮ ਤੱਕ ਕਬਰ ਦੇ ਵੰਜਣ ਤੱਕ ਜਿਹੜਾ ਤਾਜਦਾਰ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੇ ਜੀਆਂ ਮਾਮੂਲੀ ਇਨਸਾਨ ਸਮਝੇ ਅਸਾਂ ਐਸੇ ਬੰਦੇ ਨੂੰ ਮੁਸਲਮਾਨ ਵੀ ਨਹੀਂ ਸਮਝੇਂਦੇ ਆਪ ਕਹਾ ਹੈ ਕਿਸਨੇ ਕਿ ਸਰਦਾਰ ਅੰਬੀਆ ਨਾ ਕਹੋ ਔਰ ਕਹਾ ਹੈ ਕਿਸਨੇ ਕਿ ਸਰਤਾਜ ਔਲੀਆ ਨਾ ਕਹੋ ਯਹੀ ਹੈ ਫਲਸਫਾ ਕੁਲ ਇਨਮਾ ਬਸ਼ਰੁਨ ਯਹੀ ਹੈ ਫਲਸਫਾ ਕੁਲ ਇਨਮਾ ਬਸ਼ਰੁਨ ਖੁਦਾ ਕੇ ਬਾਦ ਖੁਦਾ ਕੇ ਬਾਦ ਸਭੀ ਕੁਛ ਕਹੋ ਖੁਦਾ ਨਾ ਕਹੋ ਇਨਸਾਨਾਂ ਵਿੱਚੋਂ ਮੈਂ ਅੱਲਾ ਰਸੂਲ ਬਣਾ ਕੇ ਭੇਜਿਆ ਤੇ ਸਬਕ ਦਾ ਉਨਵਾਨ ਇਹ ਹੈ ਅੱਲਾ ਕਰੀਮ ਨੇ ਆਪਣੇ ਮਹਿਬੂਬ ਨੂੰ ਭੇਜਾਂ ਕਿਉਂ ਇਹ ਫਰਮਾਇਆ ਚਾਰ ਕੰਮਾਂ ਵਾਸਤੇ ਅਸਾਂ ਝੰਡੀਆਂ ਲਾ ਕੇ ਬਾਜ਼ਾਰ ਸਜਾ ਕੇ ਤੇ ਹੁਣ ਤਾਂ ਅਲਮੀ ਹੈ ਪਰਸੋਂ 12 ਰਬੀਉਲ ਅਵਲ ਨੂੰ ਢੋਲ ਨਾਲ ਜਲੂਸ ਕੱਢੇ ਗਏ ਢੋਲਾਂ ਨਾਲ ਹਾਏ ਹਾਏ ਜਿਹੜੀਆਂ ਚੀਜ਼ਾਂ ਨੂੰ ਹਜ਼ੂਰ ਅਨਵਰ ਮਿਟਾਉਣ ਵਾਸਤੇ ਆਏ ਹਨ ਹਜ਼ਰਤ ਅਬਦੁੱਲਾ ਇਬਨੇ ਉਮਰ ਰਜ਼ੀ ਅੱਲਾਹ ਤਾਲਾ ਨੂੰ ਵਹਿੰਦੇ ਪੈਣ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਨੂੰ ਦੇ ਲਖਦੇ ਜਿਗਰ ਗੁਲਾਮ ਨਾਲੇ
बांसरी दी आवाज आई है, कन्ने च उंगलियां चढ़ीतियां ने, चलते गए चलते गए। ते काफी दूर निकल के गुलाम नूं फरमावण लगे, बांसरी दी आवाज आंदी पई है कि नहीं? नहीं हजरत। फरमावण लगे, पता ही भी मेरे गुलाम है, मैं क्यों कीता है? एक निवार ताजदारे मदीना सल्लल्लाहु अलैहि वसल्लम नाल मैं वैदा पियाम, आप दे कन्ना मुबारकां विच बांसरी दी आवाज आई, आपने कन्ना च उंगलियां जड़ीतियां ताकि बांसरी दी आवाज कन्ना दे अंदर ना आवे, जेरियां शइयां तो महबूब रोकण आया हई, मना करण आया हई, मिटावण आया हई। अज उम्मत ने आम दी मोहब्बत दे नां ते उहे चीजां शुरू करके अपने आप नूं मुहिब्बे रसूल मनवावण दी कोशिश कीती है। हाय हाय, चार कम करना है मेरा महबूब। नंबर एक, यतलू अलैहिम आयाती, ईमानदारां दे सामने मेरा महबूब सल्लल्लाहु अलैहि वसल्लम कुरान पाक दी आयतां दी तिलावत करेने। कुरान पाक दी आयात दी तिलावत करना आप सल्लल्लाहु अलैहि वसल्लम दा एक मनसब। साडे आबाओ अजदाद बजुर्ग तशरीफ फरमाओ, बजुर्गों तो पुछो, मैनू ही बचपन दा वो वक्त याद है, दुकान खोले ना, जमींदार गणवन्ये ना, मुलाजमत दे ड्यूटी में मिसाल देना, पहले कुरान पाक दी तिलावत करे ने हन, दुनिया दा कारोबार बाद ही शुरू करे ने हन। बंदा गलियां चू गुजरिया कुरान दी आवाज़ां आनियां हन, अज बंदा गुजरदा है बाजार महल्ले गली विचों गाने बजाने दी आवाज़ां आनियां, अल्लाह दी रहमत कीवें आवे? एक बंदा घर दा कमांदा है, सारे खाने हन, अज सारे घर दे बंदे न कमावे न पूरी नहीं पौंदी। मैं गलत आखे? सोलवां पारा सूरत दा ना सूरत तौहा, रब्बुल आलमीन फरमेंदे न, वमन आरदन सिकरी फइन लहू मईशतन ज़नका वना शुरू यौमल कियामत आमा। आयत नंबर 124, जेरे बंदे ने मेला दी नसीहत कुरान तू मोड़ा, अकीदा कुरान आला नहीं बनाया, ईमानो यकीन कुरान आला नहीं बनाया, अपनी जिंदगी दी मंजिल कुरान नू नहीं बनाया, मेला करीम कुरान पाक दी बेकदरी करन वाले नू दू सदावां देवणियां, दुनिया दी सदा एह, फइन लहू मईशतन ज़नका, ओ बंदे नू मैं अल्लाह जिंदगी दे अंदर सकून तो महरूम कर दे सा। दौलत दी रेल पेल जेब नोटा नाल भरी हुई, नरम गरम बिस्तरे आलीशान बंगले, साहिबे जायदाद सकून नहीं, अमन नहीं, चैन नहीं, हर वेले हवस हवस। कौल नबी सल्लल्लाहु अलैहि वसल्लम ला यमला हो जौफ अपने आदम इल्ला तुराब, आपने फरमाया बंदे दा पेड़ कब्र दी मिट्टी बन के भरे द भरे, इवें बंदा नहीं रजदा, ए हवस दा पैदा थी वंजना, हर वेले बेसकूनी बेचैनी, हाय 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 हाय, ए अल्लाह करीम दी तरफों सजा है, जै कुरान दी बेकदरी की थी, मेला सकून कस गिनसा। ते दूजी सजा वरना शुरू हो या मल कियामत आमा, कुरान दी बेकदरी करन वाले बंदे नूं मेला दिहाड़े क्यामत दे अंधा करके उठे सा। अंधा थी के जिर वेले उठ सी, कौल रो के अक्सी रब्बे ले महशर तनी आमा, वकद कुन तो बसीरा, अल्लाह दुनिया च मैं देखण लाम, अखियां हन देखण दी ताकत, अंधा करके क्यों उठाई? कौल गवालिक, अल्लाह फरमावणा मैं तेरे नाल जुल्म नहीं कीता। ये कुफरिया कल महीने सरिया मामा भेणा बांदियां घारी च, क्या का जुलम खुदा दा, लफ्ज सुनो दोस्त, जुलम खुदा दा,
आम लोग पकई वे ने कुफरिया कलम है नाराज थी वेंदे हो साडे ते अल्लाह की कसम है थोड़े हमदर्द हैं अल्लाह की कसम है थोड़े खैर खां हैं बैठा महफल च औरतां बैठिया जुलम खुदा दा ये तो कुफरिया कलम है फरमाया वा अन्नल्लाह लैसा बिज़ल्लामिल अबीद सूरत आले इमरान ये मैं आयत नंबर 182 खोली हुई है अल्लाह दा बंदा नाल कतन जुलम नहीं करेगा जुलम करना दा बाद दी गल है मल्ला हो युरी दो जुलम लिल इबाद मल्ला हो युरी दो जुलम लिल आलमीन अल्लाह दा बंदिया नाल ते जानवाना नाल जुलम दा इरादा भी नहीं करेगा अल्लाह मेरे ते जुलम कीता अल्लाह जुलम वसाया है अल्लाह यासु बिल्लाह कुफरिया कलम है वत रूझा केरा गलत कलमा सारी जमाना ते चढ़ गए ये जमाना गंदा थी गए जमाना गलत थी गए जमाना बुरा थी गए हदीस सुनावा चाह चुप कर बैठे हो सारे दोस्त काल नबी सल्लल्लाहु अलैहि वसल्लम ला तसुबुद्दार आपने फरमाया जमाने दा गिला न कीता करो जमाने को बुरा ना खा करो अल्लाह फरमाए दे अनदार जमाना तमया हदीस पाकी चाहे जमाना बुरा नहीं जमाना गलत नहीं जमाना गलत नहीं असा गलत हो गए हैं दी उवो है रात उवो है गर्मी उवो है सर्दी उवो है धुप उवो है चानना उवो है खिजा उवो है बहार उवो है तब्दील ही ना असा गलत हो गए हैं जमाना बुरा नहीं असा गलत है जमाना गंदा नहीं असा गलत हो चुके हैं सुन दे बैठे हो दोस्त मेहरबानी फरमाओ कदई जमाने का गिला नहीं करना असा गलत है सुलम खुदा दा के मास अल्लाह बंदा मैं तेरे नाल जुलम नहीं किया अतत का आया तो ना फनसीता वकसाले कल्यूमतुन्सा दुनिया दे अंदर मैं अल्लाह दी आयतां तेरे कोल आईया हन अतत का आया तो ना आयतां सुना मन वाले टुर के आए हन आयतां बयान करने वाले तेरे दरवाजे ते पहुंची हन लेकिन फनसीता दरखता दुनिया दे अंदर दे कुरान दी आयतां नू छोड़ दिता आज मेला करीम दी रहमत ने तेनू छोड़ दिता केरिया तिलावतां कीतियां से हुजूर दे आवण दा पहला मकसद तिलावत करना सिद्दीक कायनात अम्मी आयशा रज़ी अल्लाह तआला फरमेंदियां आयत नंबर 118 सूरत अल मायदा आखरी रकू है सतवां पारा एक रात आप सल्लल्लाहु अलैहि वसल्लम सारी रात रोंदे रहे हंजू सारो कतार ठांदे रहे ते इया कुरान पाक दी आयत बार बार पढ़दे रहे इन तुअज़्ज़िबहुम फइन्नहुम इबादुक वइन तग़फिर लहुम फइन्नका अंतल अज़ीज़ुल हकीम अल्लाह जेकर तू मेरी उम्मत दे गुनाहगारां नूं अज़ाब देना चाहे कर तां कुछ भी नहीं सकदे मोहताज बंदे न ते जेकर मेरे हंजुआ दी लाज रखेंदे होए इन्हां दे गुनाह माफ चा करे तेरे तो पुछण वाला पैदा ही नहीं होया हजरत अब्दुल्ला इब्ने अब्बास रज़ी अल्लाह तआला अन्हु आप सल्लल्लाहु अलैहि वसल्लम दे पितरे रिन फरमाने इक नमाज मैं पहुंचा रात दा टाइम है हुजूर सल्लल्लाहु अलैहि वसल्लम तहज्जुद दियां नफलियां पढ़दे पैन मैं भी नाल रल गया आपने सूरतुल बकरा शुरू की थी सवा दो सिपारे 40 रकू मैं समझे हुजूर हूं सूरतुल बकरा तो बाद रकू करे सन आपने सूरत अल इमरान शुरू कर दी थी 20 रकू मैं के हूं आप रकू करे सन आपने सूरत उन्निसा शुरू कर दी थी 24 रकू सूरत उन्निसा पंजवा सिपारा ही क्रॉस हो गया है छीवे तक पहुंच गए है मैं समझे हूं रकू करे सन आपने अगली सूरत उल मैदा शुरू कर दी थी
ਇੱਕੀ ਰਕਾਤ ਚ ਅਸਾਂ ਕਿਹੜੀਆਂ ਤਿਲਾਵਤਾਂ ਕੀਤੀਆਂ। ਆਪ ਸੱਲੱਲਾਹੁ ਅਲੈਹਿ ਵਸੱਲਮ ਚਾਰ ਕੰਮ ਕਰਨੇ ਹਨ ਦੁਨੀਆਂ ਵਿੱਚ। ਇੱਕ ਕੰਮ ਯਤਲੂ ਅਲੈਹਿਮ ਆਯਾਤੀ, ਲੋਕਾਂ ਸਮਝੇ ਹਜ਼ੂਰ ਝੰਡੀਆਂ ਲਵਾਉਣ ਆਏ ਹਨ, ਜਲੂਸ ਕਢਵਾਉਣ ਆਏ ਹਨ, ਜਸ਼ਨ ਮਨਾਉਣ ਆਏ ਹਨ। ਹਾਏ, ਜਸ਼ਨ ਦਾ ਖਿਆਲ ਨਬੀ ਦੇ ਮਿਸ਼ਨ ਦਾ ਖਿਆਲ ਨਹੀਂ। ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਦੂਜਾ ਮਿਸ਼ਨ ਵਾਯੂ ਸਕੀਮ, ਲੋਕ ਤੇ ਇਮਾਨਦਾਰਾਂ ਦੇ ਦਿਲਾਂ ਨੂੰ ਪਾਕ ਕਰਨਾ, ਰੂਹਾਨੀ ਤੌਰ ਤੇ ਪਾਕ ਕਰਨਾ। ਜਿਸਮਾਂ ਨੂੰ ਪਾਕ ਕੀਤਾ ਸੇ ਅੰਦਰ ਜੋ ਪਾਕ ਨਹੀਂ। ਹਜ਼ਰਤ ਸੁਲਤਾਨੁਲ ਆਰਿਫੀਨ ਬਾਹੁ ਸੁਲਤਾਨ ਰਹਿਮਤੁੱਲਾ ਨੇ ਫਰਮਾ ਗਏ, ਤਸਬੀ ਫਿਰੀ ਤੇ ਦਿਲ ਨਹੀਂ ਫਿਰਿਆ, ਤਸਬੀ ਫਿਰੀ ਤੇ ਦਿਲ ਨਹੀਂ ਫਿਰਿਆ। ਕੀ ਲੈਣਾ ਤਸਬੀ ਫੜ ਕੇ ਹੋ, ਇਲਮ ਪੜ੍ਹਿਆ ਤੇ ਅਦਬ ਨਹੀਂ ਸਿੱਖਿਆ। ਕੀ ਲੈਣਾ ਇਲਮ ਨੂੰ ਪੜ੍ਹ ਕੇ ਹੋ, ਚਿੱਲੇ ਕੱਟੇ ਤੇ ਕੁਛ ਨਹੀਂ ਖੱਟਿਆ। ਕੀ ਲੈਣਾ ਚਿੱਲਿਆਂ ਵੜ ਕੇ ਹੋ, ਜਾਗ ਬਿਨਾ ਦੁੱਧ ਜੰਮਦੇ ਨਹੀਂ ਬਾਹੂ, ਤੂਣੇ ਲਾਲ ਹੋਵੇ ਨ ਕੜ ਕੜ ਕੇ ਹੋ। ਇੱਕ ਮਿਸਾਲ, ਆਪ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਅਲੀ ਨੂੰ ਫਰਮਾਇਆ, ਕਬੀਲਾ ਬਣੀ ਤੇ ਹਲੇ ਬੁੱਤ ਦੀ ਪੂਜਾ ਕਰੇ ਨੇ, ਸਾਹਬਾ ਗਿਰਾਮ ਦੀ ਜਮਾਤ ਗਿਣ ਵਜੋ ਬੁੱਤ ਨੂੰ ਪਾਸ਼ ਪਾਸ਼ ਕਰਨਾ। ਸਾਹਬਾ ਗਿਰਾਮ ਪਹੁੰਚੇ, ਕਬੀਲਾ ਬਣੀ ਤੇ ਹਲੇ ਮੁਕਾਬਲੇ ਵਿੱਚ ਨਿਕਲੇ, 200 ਬੰਦਾ ਗ੍ਰਿਫਤਾਰ ਕੀਤਾ ਨੇ। ਮਦੀਨੇ ਸ਼ਰੀਫ ਸਾਹਬਾ ਖਿੰਨੈਨ ਬੁੱਧ ਦੇ ਟੋਡੇ ਟੋਡੇ ਕਰੇਨ ਕੁਰਬਾਨ ਵਜੋ ਅੱਲਾ ਦੇ ਮਹਿਬੂਬ ਦੇ ਕਿਰਦਾਰ ਤੋਂ। ਇਹ ਸੀਰਤ ਏ, 200 ਕੈਦੀਆਂ ਵਿੱਚ ਨੌਜਵਾਨ ਲੜਕੀ ਏ, ਸਿਰ ਤੇ ਬੋਛਣਾ ਕੋਈ ਨਹੀਂ। ਆਖਿਰ ਜੰਗ ਜੋ ਹੋਈਏ ਬੋਛਣਾ ਢਹਿ ਗਈ, ਅਸ ਕੈਦੀ ਹੈ ਮਜਬੂਰ। ਆਪ ਨੇ ਆਪਣੀ ਸ਼ਾਨ ਵਾਲੀ ਚਾਦਰ ਲਾ ਕੇ ਸਾਹਬੀ ਨੂੰ ਫਰਮਾਇਆ, ਹੀ ਬੱਚੀ ਦਾ ਸਿਰ ਮੈਂ ਆਮਨਾ ਦੇ ਲਾਲ ਦੀ ਚਾਦਰ ਨਾਲ ਚੱਕ ਅੱਜ। ਸਾਹਬੀ ਆਖਣ ਲੱਗੇ, ਹਾ ਵਾਰੀ ਦਾਓ ਕਦ ਤਈਏ ਮੁਸ਼ਰਿਕਾ, ਹਜ਼ਰਾ ਚ ਉਹ ਤਾਂ ਸ਼ਿਰਕ ਕਰਨ ਵਾਲੀ ਹੈ, ਗੈਰ ਮੁਸਲਿਮ ਹੈ, ਤੁਸਾਂ ਪਾਕ ਚਾਦਰ ਦੇਂਦੇ ਪਏ ਹੋ। ਆਪ ਨੇ ਫਰਮਾਇਆ, ਬੇਟੀ ਬੇਟੀ ਆਉਂਦੀ ਏ, ਕਾਫਿਰ ਦੀ ਕਿਉਂ ਨਾ ਹੋਵੇ। ਮੈਂ ਇਮਾਮ ਉਲੰਬੀਆ ਸੱਲੱਲਾਹੁ ਅਲੈਹਿ ਵਸੱਲਮ ਕਹਿ, ਗੈਰ ਮੁਸਲਿਮ ਦੀ ਬੱਚੀ ਦਾ ਸਿਰ ਵੀ ਪੋਛਣ ਤੋਂ ਬਗੈਰ ਬਰਦਾਸ਼ਤ ਨਾ ਕਰ ਸਕਦਾ। ਆਪ ਦੀ ਚਾਦਰ ਮੁਬਾਰਕ ਨਾਲ ਜਿਸ ਵੇਲੇ ਸਿਰ ਕੱਜਾ ਗਈ ਹੈ, ਬੜੀ ਰਿੱਕਤ ਨਾਲ ਆਖਣ ਲੱਗੀ, ਹਜ਼ਰਤ ਚ ਹਾਤਿਮ ਤਾਈ ਦੀ ਬੇਟੀਆਂ, ਉਹ ਜਿਹੜਾ ਸਖੀ ਆਈ। ਜੀ ਹਜ਼ਰਤ ਚ ਗਰੀਬਾਂ ਮਿਸਕੀਨਾਂ ਦਾ ਹਮਦਰਦ, ਮੇਰੇ ਨਾਲ ਇਹਸਾਨ ਚ ਕਰੋ, ਮੈਨੂੰ ਆਜ਼ਾਦ ਕਰ ਛੋੜੋ। ਮੇਰਾ ਭਾਈ ਅਦੀ ਮੈਨੂੰ ਲੁਗਾ ਛੋੜ ਕੇ ਨਿਗੋ ਸਾਵਾਂ ਲਾ ਵਾਰਿਸ ਸ਼ਾਮ ਵਾਲੇ ਪਾਸੇ ਨਸ ਗਈ ਹੈ, ਕੋਈ ਮੇਰੀ ਖਬਰਗਿਰੀ ਕਰਨ ਵਾਲਾ ਨਹੀਂ ਰਿਹਾ। ਆਪ ਨੇ ਬੜਾ ਕੀਮਤੀ ਜੁਮਲਾ ਫਰਮਾਇਆ, ਤੇਰਾ ਵਾਲਿਦ ਖੈਰ ਮੁਸਲਿਮ ਹੋ ਕੇ ਹਾਏ ਹਾਏ, ਖੈਰ ਮੁਸਲਿਮ ਈਸਾਈ ਹੋ ਕੇ ਗਰੀਬਾਂ ਮਜਬੂਰਾਂ ਤੇ ਅਹਿਸਾਨ ਕਰੇਂਦਾ ਹੈ, ਤੇ ਮੈਂ ਆਮਨਾ ਦਾ ਲਾਲ ਇਮਾਮ ਉਲੰਬੀਆ ਹੋ ਕੇ ਤੇਰੇ ਨਾਲ ਅਹਿਸਾਨ ਕਿਵੇਂ ਨਾ ਕਰਾਂ। ਸਾਹਾਬਾ ਗ੍ਰਾਮੀ ਨੂੰ ਛੋੜੋ ਆਪਣੇ ਇਲਾਕੇ ਵਿੱਚ, ਸਾਹਾਬਾ ਦੀ ਜਮਾਤ ਛੋੜਨ ਵਾਸਤੇ ਗਈ ਹੈ। ਭਾਈ ਅਦੀ ਮੁਲਕੇ ਸ਼ਾਮੀ ਚੂ ਵਾਪਸ ਵੱਲ ਆਇਆ ਹੈ, ਛੱਤ ਤੇ ਚੜ ਗਈ ਹੈ ਤੀਰ ਕਮਾਣ ਚਾ ਕੇ, ਤੀਰ ਕਮਾਣੀ ਚ ਪਾ ਕੇ ਛਿੱਕੇ ਆਖਣ ਲੱਗਾ, ਮੇਰੇ ਵਿਹੜੇ ਚ ਕਦਮ ਨਾ ਰੱਖੇ। ਕਿਉਂ ਭਾਈ, ਮੇਰੀ ਵਿਰਾਸਤ ਨਹੀਂ ਅੱਬੇ ਵਾਲੀ ਤੇਰਾ ਖਾਰੇ। ਅਦੀ ਫਿਰ ਆਖਣ ਲੱਗਾ, ਤੂੰ ਮੁਸਲਮਾਨਾਂ ਨਾਲ ਨਹੀਂ ਹੈ ਗੈਰ ਮਹਰਮਾਂ ਨਾਲ, ਪਤਾ ਨਹੀਂ ਤੇਰੀ ਇੱਜ਼ਤ ਵੀ ਮਹਿਫੂਜ਼ ਰਹੀ ਹੋਣੀ ਹੈ ਕਿ ਨਹੀਂ। ਭੈਣ ਸੁਫਾਨਾ ਤੜਪ ਕੇ ਜਵਾਬ ਦਿੱਤਾ, ਸੁਫਾਨ ਅੱਲਾ ਆਖਣ ਦੇ ਅੰਦਰ ਬੁਖਲ ਨਾ ਕਰੇ ਮੇਰੇ ਭਾਈਓ। ਸੁਫਾਨਾ ਫੇਣ ਆਖਣ ਲੱਗੀ, ਮੈਨੂੰ ਈਸਾ ਅਲੈ ਸਲਾਮ ਦੇ ਰੱਬ ਦੀ ਕਸਮ ਏ, ਈਸਾਈ ਹੈ, ਰੱਬੇ ਈਸਾ ਅਲੈ ਸਲਾਮ ਦੀ ਮੈਨੂੰ ਕਸਮ ਏ, ਮੇਰੀ ਇੱਜ਼ਤ ਚ ਤੇਰੀ ਚਾਰ ਦੀਵਾਰੀ ਜਿਤਨੀ ਮਹਿਫੂਜ਼ ਨਹੀਂ, ਜਿਤਨੀ ਆਮਨਾ ਦੇ ਲਾਲ ਦੇ ਸਾਹਬਜ ਮਹਿਫੂਜ਼ ਰਹੀਏ। ਤੂੰ ਇੱਜ਼ਤ ਮਹਿਫੂਜ਼ ਰਹੀ ਹੋ ਸੀ ਕਿ ਨਹੀਂ? ਸਾਰੇ ਰਸਤੇ ਵਿੱਚ
आप सल्लल्लाहु अलैहि वसल्लम दे गुलामा ने मैनू तो नजर चा के भी नहीं दिठा। इतना पाक कीते हुजूर ने बन आप दी खिदमत च। एदी हैरान हो गया, तीर कमान सट्टा, आया आप दी खिदमत दी। हदीस पाक ही चाहे आप दी महफिल बैठे, अल्लाह दिल तब्दील कर छोड़ा। आया ईसाई है, टुरन लगे आमना दिलाल दा गुलाम बन के, कलमा पढ़ के साहबी बन के वैदा भी। कई हदीसा रिवायत की थी हजरत अदी इबन हातिम रजी अल्लाह ताला अन्हो ने, आप सल्लम दे चार कम हन, आयात दी तिलावत मिशन हिक, नंबर दो पाक करना रूहानी तौर ते जिसम ना अंदर पाक करना, दो बाकी अगले सबक इंशाअल्लाह। आखिर दुआवाना अनिल हम्दुलिल्लाह।